ਰੋਡ ਦੀ ਤਿਆਰੀ ਪ੍ਰਸ਼ਾਸਨ ਨੇ ਕੀਤੀ ਹੈ। ਮੇਰਾ ਖਿਆਲ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰਦੀ ਹੋਣੀ ਹੈ ਸੰਗਤ ਅੱਜ, ਕਿਉਂਕਿ ਸ਼ਰਮ ਸਾਨੂੰ ਆ ਰਹੀ ਹੈ, ਅਸੀਂ ਲੋਕਲ ਨਿਵਾਸੀ ਹਾਂ ਇਸ ਰੋਡ ਦੇ। ਉਹਦੇ ਵਿੱਚ ਮੋਟਰਸਾਈਕਲ ਸਲਿੱਪ ਹੋ ਕੇ ਡਿੱਗ ਰਹੇ ਆ, ਵਿੱਚ ਰਸਤੇ 'ਚ ਟੋਏ ਆ, ਇੱਕ ਪਿੱਛੇ ਕਾਰ ਫਸੀ ਪਈ ਆ। ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਹਨ ਆਜ਼ਾਦੀ ਦਾ ਮੁੱਢ ਬੰਨਣ ਵਾਲੇ ਇਤਿਹਾਸਿਕ ਅਸਥਾਨ ਗੁਰਦੁਆਰਾ ਗੰਗਸਰ ਤੋਂ ਗੁਰਦੁਆਰਾ ਟਿੱਬੀ ਸਾਹਿਬ ਜਾਂਦੇ ਰਸਤੇ ਦੀਆਂ, ਜਿੱਥੇ ਹਰ ਸਾਲ 21 ਫਰਵਰੀ ਨੂੰ ਗੰਗਸਰ ਜੈਤੋ ਦੇ ਸ਼ਹੀਦਾਂ ਦਾ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ। ਸੰਗਤਾਂ ਦੂਰੋਂ ਨੇੜਿਓਂ ਇੱਥੇ ਪਹੁੰਚ ਕੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦੀਆਂ ਹਨ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀਆਂ ਹਨ। ਬੀਤੇ ਦਿਨੀ ਸੱਚ ਦਾ ਸੁਣਿਆ ਚੈਨਲ ਵੱਲੋਂ ਇਸ ਖਸਤਾ ਹਾਲਤ ਸੜਕ ਦੀ ਖਬਰ ਜਨਤਕ ਕੀਤੀ ਗਈ ਸੀ, ਤੇ ਜਦੋਂ ਸੱਚ ਦਾ ਸੁਣਿਆ ਚੈਨਲ ਦੀ ਟੀਮ ਨੇ SDM ਜੈਤੋ ਨਾਲ ਗੱਲ ਕੀਤੀ ਤਾਂ ਉਹਨਾਂ ਵਾਅਦਾ ਕੀਤਾ ਸੀ ਕਿ ਮੇਲੇ ਤੋਂ ਪਹਿਲਾਂ ਸੜਕ ਨਵੀਂ ਬਣਾਈ ਜਾਵੇਗੀ, ਪਰ SDM ਜੈਤੋ ਆਪਣੇ ਵਾਅਦੇ ਤੇ ਪੂਰੇ ਨਾ ਉਤਰੇ। ਕੀ ਗਈ ਹੈ, ਆਈ ਥਿੰਕ ਇਟ ਇਜ਼ ਅ ਵੈਰੀ ਵੈਲਿਊਏਬਲ ਇਨਫੋਰਮੇਸ਼ਨ। ਟਾਈਮ ਤੋਂ ਪਹਿਲਾਂ ਉਹ ਸੜਕ ਜੋ ਹੈ ਉਸਨੂੰ ਸਹੀ ਕੰਡੀਸ਼ਨ ਦੇ ਵਿੱਚ ਲਿਆਇਆ ਜਾਣਾ ਬਣਦਾ ਹੈ। ਰਿਲੇਟਡ ਜੋ ਮਹਿਕਮਾ ਹੈ ਮੰਡੀ ਬੋਰਡ, ਉਹਨਾਂ ਦੇ ਨਾਲ ਮੈਂ ਰਾਬਤਾ ਕੀਤਾ ਹੈ ਤੇ ਇਸ ਬਾਰੇ ਜੋ ਵੀ ਅਗਲੀ ਕਾਰਵਾਈ ਹੈ ਉਸ ਬਾਰੇ। ਸੜਕ ਦੀ ਖਸਤਾ ਹਾਲਤ ਕਾਰਨ ਸੰਗਤਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਪ੍ਰਸ਼ਾਸਨ ਨੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਵੀ ਨਾ ਸਮਝਿਆ, ਸੰਗਤਾਂ ਪਰੇਸ਼ਾਨ ਹੁੰਦੀਆਂ ਰਹੀਆਂ ਅਤੇ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਰਿਹਾ। ਤੁਹਾਨੂੰ ਇੱਥੇ ਖਸਤਾ ਹਾਲਤ ਸੜਕ ਕਾਰਨ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ? ਸਾਨੂੰ ਇੱਥੇ ਜੀ ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਰੋਡ, ਜਿਵੇਂ ਇਤਿਹਾਸਿਕ ਰੋਡ ਹੈ ਸਾਡਾ, ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਇੱਥੇ, ਸਭ ਨੂੰ ਪਤਾ ਹੀ ਆ ਸੰਸਾਰ ਪੱਧਰ ਤੋਂ ਸੰਗਤਾਂ ਆਉਂਦੀਆਂ ਇੱਥੇ, ਅਤੇ 21 ਫਰਵਰੀ ਦਾ ਮੇਲਾ ਹੁੰਦਾ ਜੀ। ਅੱਜ ਵੀ ਮੇਲੇ 'ਤੇ ਸੰਗਤਾਂ ਨਤਮਸਤਕ ਤਾਂ ਹੁਣ ਆ ਰਹੀਆਂ, ਪਰ ਜਿਸ ਹਿਸਾਬ ਨਾਲ ਰੋਡ ਦੀ ਤਿਆਰੀ ਪ੍ਰਸ਼ਾਸਨ ਨੇ ਕੀਤੀ ਹੈ, ਮੇਰਾ ਖਿਆਲ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰਦੀਆਂ ਹੋਣੀਆਂ ਸੰਗਤ ਅੱਜ, ਕਿਉਂਕਿ ਸ਼ਰਮ ਸਾਨੂੰ ਆ ਰਹੀ ਆ, ਅਸੀਂ ਲੋਕਲ ਨਿਵਾਸੀ ਹਾਂ ਇਸ ਰੋਡ ਦੇ, ਅਤੇ ਆਹ ਸਾਰੀ ਟੀਮ ਖੜ੍ਹੀ ਆ। ਇਸੇ ਟੀਮ ਨੇ ਅੱਜ ਜਿੰਨਾ ਕੁ ਪ੍ਰਬੰਧ ਕੀਤਾ ਸਰ ਰੋਡ ਦੀ ਸਾਫ਼ ਸਫਾਈ ਦਾ, ਆਪ ਇਹਨਾਂ ਮੁੰਡਿਆਂ ਨੇ ਆਪਦੇ ਕੋਲੋਂ ਖਰਚਾ ਕਰਕੇ ਟਰੈਕਟਰਾਂ ਦੇ ਵਿੱਚ ਤੇਲ ਪਾ ਕੇ ਕਿਰਾਏ ਲਾ ਕੇ ਸਾਰੇ ਪ੍ਰਬੰਧ ਇਹਨਾਂ ਨੇ ਕੀਤੇ ਆ। ਅਸੀਂ ਪ੍ਰਸ਼ਾਸਨ ਤੋਂ 8 ਤਰੀਕ ਨੂੰ ਇੱਕ ਮੰਗ ਰੱਖੀ ਸੀ, ਮੈਡਮ SDM ਸਾਹਿਬ ਨੂੰ ਅਸੀਂ ਮਿਲੇ ਸੀਗੇ, ਉਹਨਾਂ ਨੇ ਤਹਿਸੀਲਦਾਰ ਸਾਹਿਬ ਨੂੰ ਐਪਲੀਕੇਸ਼ਨ ਉਸੇ ਦਿਨ ਹੀ ਮਾਰਕ ਕਰਤੀ ਸੀਗੀ। ਸਾਨੂੰ ਉਸ ਟਾਈਮ ਖੁਸ਼ੀ ਬਹੁਤ ਮਤਲਬ ਮਹਿਸੂਸ ਹੋਈ ਸੀਗੀ ਵੀ ਚਲੋ ਸ਼ਾਇਦ ਕੁਛ ਨਾ ਕੁਛ ਪ੍ਰਬੰਧ ਕੀਤੇ ਜਾਣਗੇ, ਪਰ ਕੁਛ ਦਿਨਾਂ ਬਾਅਦ ਤਹਿਸੀਲਦਾਰ ਸਾਹਿਬ ਆਏ ਮੌਕਾ ਦੇਖਣ, ਸ਼ੀਸ਼ਪਾਲ ਸਿੰਗਲਾ ਜੀ, ਉਦੇ ਉਹਨਾਂ ਨੇ ਮੰਡੀ ਬੋਰਡ ਦੇ ਅਧੀਨ ਸੜਕ ਦਾ ਕਹਿ ਰਹੇ ਸੀ ਵੀ ਆ ਰਹੀ ਆ, ਉਹਨਾਂ ਨਾਲ ਐਕਸ਼ਨ ਸਾਹਿਬ ਨਾਲ ਗੱਲ ਕੀਤੀ, ਉਹਨਾਂ ਨੇ ਬਿਲਕੁਲ ਹੀ ਸਾਫ਼ ਹੀ ਕੋਰਾ ਇਨਕਾਰ ਕਰ ਦਿੱਤਾ ਕਿ ਸਾਡਾ ਇਹ ਜਿਹੜਾ ਸੜਕ ਹੈਗੀ ਆ ਸਾਡੇ ਅਧਿਕਾਰ ਖੇਤਰ ਦੇ ਵਿੱਚ ਨਹੀਂ, ਸੀਵਰੇਜ ਬੋਰਡ ਨੇ ਇਹ ਸੜਕ ਪੱਟੀ ਹੈ, ਸੀਵਰੇਜ ਬੋਰਡ ਹੀ ਬਣਾਏਗਾ। ਅਤੇ ਉਸ ਤੋਂ ਇਲਾਵਾ ਜਿਹੜਾ ਉਹਨਾਂ ਨੇ ਅਗਲੀ ਇੱਕ ਗੱਲ ਕਹੀ ਸੀ ਵੀ ਜੇ ਸੀਵਰੇਜ ਬੋਰਡ ਇਹਨੂੰ ਨਹੀਂ ਬਣਾਉਣੀ ਚਾਹੁੰਦਾ ਉਹ ਜਿਹੜੀ ਗ੍ਰਾਂਟ ਹੈਗੀ ਆ ਸਾਨੂੰ ਭੇਜ ਦੇਣ ਤਾਂ ਅਸੀਂ ਬਣਾਉਣ ਅਸੀਂ ਦੂਜੇ ਦਿਨ ਹੀ ਮਤਲਬ ਇਹ ਸ਼ੁਰੂ ਕਰ ਦਿਆਂਗੇ। ਉਸ ਤੋਂ ਅੱਗੇ ਸਾਨੂੰ ਕੋਈ ਬਹੁਤਾ ਤਾਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ, ਪਰ ਅਗਲੇ ਤਕਰੀਬਨ 15 ਜਾਂ 16 ਤਰੀਕ ਨੂੰ ਸ਼ਾਇਦ 16 ਤਰੀਕ ਨੂੰ ਥੋੜ੍ਹਾ ਜਿਹਾ ਜਿਹੜਾ ਹੈਗਾ ਵੀ ਰੋਡ ਨੂੰ ਪੱਧਰਾ ਕਰਨ ਦੀ ਕੋਸ਼ਿਸ਼। ਦਿਨ ਪਹਿਲਾਂ SDM ਦਾ ਬਿਆਨ ਆਇਆ ਸੀ ਅਸੀਂ ਮੇਲੇ ਤੋਂ ਪਹਿਲਾਂ ਮੁਰੰਮਤ ਸੜਕ ਦੀ ਪੂਰੀ ਕਰਾਵਾਂਗੇ, ਉਸ ਬਾਰੇ ਕੀ ਕਹੋਗੇ, ਉਹਨਾਂ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ? ਇਸ ਦੇ ਵਿੱਚ ਤਾਂ ਅੱਜ ਸਾਰੀਆਂ ਸਮੂਹ ਸੰਗਤਾਂ ਇੱਥੇ ਪਹੁੰਚ ਰਹੀਆਂ ਜੀ, ਉਹ ਸਾਰਿਆਂ ਤੋਂ ਹਾਲਾਤ ਜਿਹੜੇ ਹੈਗੇ ਅੱਜ ਦੇਖ ਵੀ ਸਕਦੇ ਹੋ ਤੁਸੀਂ, ਵੀਡੀਓ ਸ਼ੂਟ ਹੋਈ ਹੋਊਗੀ ਜਾਂ ਤੁਸੀਂ ਕਰੋਗੇ, ਰੋਡ ਤੋਂ ਆਪ ਵੀ ਚੱਲ ਕੇ ਆਏ ਹੋ ਤੁਹਾਨੂੰ ਵੀ ਪਤਾ ਹੈ ਵੀ ਕਿਹੋ ਜਿਹਾ ਮਹਿਸੂਸ ਹੋ ਰਿਹਾ ਕਿ ਆਪਣੇ ਮਨ ਦੇ ਵਿੱਚ ਕਿਤੇ ਆਪਾਂ ਖੁਸ਼ੀ ਖੁਸ਼ੀ ਇੱਥੇ ਅੱਜ ਸ਼ਹੀਦਾਂ ਨੂੰ ਨਤਮਸਤਕ ਹੋਣ ਆਉਣਾ ਸੀਗਾ, ਅਤੇ ਉੱਪਰੋਂ ਮੀਂਹ ਦਾ ਜਿਹੜਾ ਹੈਗਾ ਜਿਵੇਂ ਹੋਣ ਕਰਕੇ ਸਾਨੂੰ ਪਹਿਲਾਂ ਤੋਂ ਹੀ ਇਹ ਡਰ ਸੀਗਾ ਕਿ ਕੋਈ ਬਰਸਾਤ ਹੋ ਜਾਵੇ ਤਾਂ ਬਹੁਤ ਭੈੜਾ ਹਾਲ ਹੋ ਜਾਣਾ, ਕਿਉਂਕਿ ਪਹਿਲਾਂ ਉੱਚਾ ਨੀਵਾਂ ਸੀਗਾ। ਇਹ ਤਾਂ ਚਲੋ ਅਸੀਂ ਸ਼ੁਕਰਗੁਜ਼ਾਰ ਹਾਂ ਸਾਰੇ ਜਿਹੜੇ ਮਤਲਬ ਨੌਜਵਾਨ ਖੜ੍ਹੇ ਆ
ਇਹਨਾਂ ਦੇ ਜਿਨ੍ਹਾਂ ਨੇ ਅੱਜ ਆਪਦੀ ਅੰਥਕ ਮਿਹਨਤ ਨਾਲ ਮਤਲਬ ਰੋਡ ਨੂੰ ਥੋੜ੍ਹਾ ਜਿਹਾ ਜਿਹੜਾ ਹੈਗਾ ਵੀ ਸੰਗਤਾਂ ਦੇ ਚੱਲਣ ਫਿਰਨ ਯੋਗ ਬਣਾਇਆ। ਸਰ ਪ੍ਰਸ਼ਾਸਨ ਦੀ ਬਹੁਤ ਹੀ ਲਾਪਰਵਾਹੀ ਹੈ, ਕੋਈ ਵੀ ਸਰਕਾਰ ਆ ਸਮੇਂ ਦੀ ਜਾਂ ਮੌਜੂਦਾ ਸਰਕਾਰ ਆ, ਇਸ ਇਤਿਹਾਸਕ ਗੁਰਦੁਆਰੇ ਗੰਗਸਰ ਤੋਂ ਲੈ ਕੇ ਟਿੱਬੀ ਸਾਹਿਬ ਗੁਰਦੁਆਰਾ ਤੱਕ ਇਸ ਰੋਡ ਨੂੰ ਮੁਕੰਮਲ ਬਿਲਕੁਲ ਹੀ ਨਹੀਂ ਕੀਤਾ ਜਾ, ਚਾਹੇ ਕਾਂਗਰਸ ਸਰਕਾਰ ਹੈ ਚਾਹੇ ਕੋਈ ਵੀ ਸਰਕਾਰ ਹੈ, ਪਰ ਸਰਕਾਰ ਨੇ ਸੜਕ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ। ਪ੍ਰਸ਼ਾਸਨ ਨੂੰ ਅਸੀਂ ਇਹੀ ਮੰਗ ਕਰਦੇ ਹਾਂ ਕਿ ਸੜਕ ਜਲਦੀ ਤੋਂ ਜਲਦੀ ਕੰਪਲੀਟ ਕੀਤੀ ਜਾਵੇ, ਔਰ ਜੋ ਵੀ ਆਏ 21 ਫਰਵਰੀ ਨੂੰ ਜੋ ਸਾਲਾਨਾ ਜੋੜ ਮੇਲਾ ਜਿਹੜਾ ਹੁੰਦਾ ਹੈ, ਨਕਮਸਤਕ ਹੋਣ ਲਈ ਸੰਗਤਾਂ ਪਹੁੰਚਦੀਆਂ ਹਨ, ਉਹਨਾਂ ਨੂੰ ਬਹੁਤ ਹੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਸੜਕ ਖਰਾਬ ਹੋਣ ਕਰਕੇ ਤੁਹਾਨੂੰ ਕੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ? ਸਭ ਤੋਂ ਪਹਿਲਾਂ ਜੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਾਨੂੰ ਮੁਸੀਬਤਾਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਸਭ ਤੋਂ ਵੱਡੀ ਗੱਲ ਇਹ ਹੈ ਵੀ ਗੁਰਦੁਆਰਾ ਸ਼੍ਰੀ ਟਿੱਬੀ ਸਾਹਿਬ ਅੱਜ ਜਿੱਥੇ ਆਪਾਂ ਖੜ੍ਹੇ ਹਾਂ ਇਹ ਇੱਕ ਇਤਿਹਾਸਿਕ ਗੁਰਦੁਆਰਾ, ਗੁਰਦੁਆਰਾ ਟਿੱਬੀ ਸਾਹਿਬ ਨਾਲ ਲੱਗਦਾ ਗੰਗਸਰ ਸਾਹਿਬ ਗੁਰਦੁਆਰਾ, ਇਹ ਇਤਿਹਾਸਿਕ ਗੁਰਦੁਆਰੇ ਹੈ। ਇੱਥੇ ਜਿੰਨਾ ਇਸ ਰੋਡ 'ਤੇ ਚਿੱਕੜ ਹੈ, ਮਿੱਟੀ ਪਾਈ ਹੋਈ ਆ, ਉਹਦੇ ਵਿੱਚ ਜਿੰਨੇ ਵੀ ਜਿਵੇਂ ਹੁਣ ਆਹ ਮੇਰੇ ਨਾਲ ਛੋਟੇ ਛੋਟੇ ਬੱਚੇ ਆ, ਮੇਰੇ ਨਾਲ ਕੀ ਸਾਰਿਆਂ ਦੇ ਨਾਲ ਹੀ ਆ, ਉਹਦੇ ਵਿੱਚ ਮੋਟਰਸਾਈਕਲ ਸਲਿੱਪ ਹੋ ਕੇ ਡਿੱਗ ਰਹੇ ਆ, ਵਿੱਚ ਰਸਤੇ 'ਚ ਟੋਏ ਆ, ਇੱਕ ਪਿੱਛੇ ਕਾਰ ਫਸੀ ਪਈ ਆ, ਵੀ ਆਵਾਜਾਈ ਦਾ ਜਿੰਨੇ ਪਿੰਡਾਂ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਜਿੰਨੇ ਲੋਕ ਆ ਰਹੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਮੁਸੀਬਤ ਹੈ, ਬਹੁਤ ਜ਼ਿਆਦਾ ਮੁਸੀਬਤ ਹੈ। ਵੀ ਇੱਥੋਂ ਤੱਕ ਜਿਹੜੇ ਬੰਦੇ ਕੋਲ ਕਨਵੇਨਸ ਹੈਗਾ ਵਹੀਕਲ ਹੈਗਾ ਉਹ ਤਾਂ ਇੱਥੇ ਡਿੱਗਦਾ ਡਗਾਉਂਦਾ ਆਜੂਗਾ, ਜਿੰਨੇ ਮੰਨ ਕੇ ਚੱਲੋ ਕਿਸੇ ਨੇ ਪੈਦਲ ਆਉਣਾ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਆ ਨਹੀਂ ਸਕਦਾ ਗਾ, ਇੰਨੀ ਇਸ ਰੋਡ ਦੀ ਦਿੱਕਤ ਹੈ, ਇੰਨੀ ਪ੍ਰੋਬਲਮ। ਇੱਥੇ ਪ੍ਰਸ਼ਾਸਨ ਦੀ ਬਹੁਤ ਲਾਪਰਵਾਹੀ ਆ, ਸੰਗਤਾਂ ਜਦੋਂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਆਉਂਦੀਆਂ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਕਿਸੇ ਦੇ ਕੱਪੜੇ ਭੇਜੇ ਜਾਂਦੇ ਆ ਡਿੱਗ ਪਾਉਂਦੇ ਆ, ਵਿੱਚ ਬਹੁਤ ਬੁਰਾ ਹਾਲ ਆ ਜੀ। ਅੱਜ ਮੀਂਹ ਕਾਰਨ ਕੀ ਹੋਰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਬਹੁਤ ਚਿੱਕੜ ਸੀ ਇੱਥੇ, ਮਿੱਟੀ ਮੁੱਟੀ ਸੀ, ਸਾਰਿਆਂ ਨੇ ਰਲ ਰੁਲ ਕੇ ਅਤੇ ਕੀਤਾ ਸੰਗਤਾਂ ਨੂੰ ਆਉਣ ਜਾਣ ਵਾਸਤੇ, ਵੀ ਮੋਟਰਸਾਈਕਲ ਸਲਿੱਪ ਸਲੁੱਪ ਹੋ ਜਾਂਦੇ ਹੈਗੇ ਅਤੇ ਸਾਡੀ ਆਈ ਟੈਨ ਵੀ ਬਹੁਤ ਆਉਣ ਜਾਣ ਵੇਲੇ ਦਿੱਕਤ ਹੁੰਦੀ ਹਨ। ਤੁਸੀਂ ਅੱਜ ਇੱਥੇ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਆਏ ਹੋ, ਤੁਹਾਨੂੰ ਸੜਕ ਖਰਾਬ ਕਾਰਨ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਪਹਿਲਾਂ ਤਾਂ ਮੈਂ ਜਿਹੜੀ ਸੰਗਤ ਜਗਤ ਦੇ ਮੋਰਚੇ 'ਤੇ ਪਹੁੰਚੀ ਆ ਮੈਂ ਸਾਰਿਆਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਦੂਜੀ ਗੱਲ ਵੀ ਇੱਥੇ ਸੰਗਤ ਨੂੰ ਬਹੁਤ ਮੁਸ਼ਕਲਾਂ ਆਈਆਂ ਜੀ, ਇਹ ਮੇਲੇ 'ਤੇ ਪਹੁੰਚਣ ਲਈ ਬਹੁਤ ਪੜਾਵਾਂ ਦੇ ਵਿੱਚ ਉਹਦੇ ਲੰਘ ਕੇ ਰੇਤੇ ਗਾਰੇ ਦੇ ਵਿੱਚ ਦੀ ਹੋ ਕੇ ਸੜਕ ਨਾ ਵੰਡ ਕਰਕੇ ਬਹੁਤ ਪਰੇਸ਼ਾਨੀਆਂ ਆਈਆਂ ਨੇ ਸੰਗਤ ਨੂੰ, ਇਸ ਕਰਕੇ ਬਹੁਤ ਮੁਸ਼ਕਲ ਦੇ ਨਾਲ ਸੰਗਤਾਂ ਇੱਥੇ ਨਤਮਸਤਕ ਹੋਈਆਂ। ਇਸ ਲਈ ਪ੍ਰਸ਼ਾਸਨ ਨੂੰ ਬਹੁਤ ਵੱਡੀ ਇਹ ਲਾਂਭਾ ਦੇਣ ਵਾਲੀ ਬਹੁਤ ਗੱਲ ਹੈ ਵੀ ਸੰਗਤ ਵੱਲੋਂ ਇਤਰਾਜ਼ ਕੀਤਾ ਜਾ ਰਿਹਾ ਵੀ ਇਤਿਹਾਸਕ ਮੋਰਚਾ ਇਤਿਹਾਸਕ ਗੁਰਦੁਆਰਾ ਹੋਣ ਦੇ ਨਾਤੇ ਇਹ ਰਸਤਾ ਬਿਲਕੁਲ ਸਾਫ਼ ਨਹੀਂ ਕੀਤਾ ਗਾ ਅਤੇ ਇਹ ਸਾਫ਼ ਹੋਣਾ ਚਾਹੀਦਾ ਸੀ। ਇਸ ਲਈ ਮੈਂ ਪ੍ਰਸ਼ਾਸਨ ਨੂੰ ਇਹ ਮੱਥੇ 'ਤੇ ਉਹ ਸਮਝਦਾ ਵੀ ਜਿਹੜਾ ਇਹ ਇਤਿਹਾਸਕ ਮੋਰਚਾ ਹੋਣ ਦੇ ਨਾਤੇ ਵੀ ਇੱਥੇ ਸਾਫ਼ ਰਸਤਾ ਸਾਫ਼ ਕਰਾਉਣਾ ਉਹਨਾਂ ਦੀ ਹੱਕ ਬਣਦਾ ਸੀਗਾ ਜੀ। ਤੁਸੀਂ ਇੱਥੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਏ ਹੋ, ਤੁਹਾਨੂੰ ਸੜਕ ਖਰਾਬ ਹੋਣ ਕਾਰਨ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜੀ, ਇਹ ਤਾਂ ਹੁਣ ਸਾਰਾ ਮੁਸ਼ਕਲਾਂ ਮੁਝ ਪਤਾ ਹੀ ਹੈ ਤੁਹਾਨੂੰ, ਆਉਣ 'ਤੇ ਮਾੜੇ ਜਾਣ ਤੋਂ ਇਹ ਤਾਂ ਘੱਟੋ ਘੱਟ ਕਿੰਨਾ ਟਾਈਮ ਹੀ ਹੋ ਗਿਆ ਸੜਕ ਨੂੰ ਇਸੇ ਤਰ੍ਹਾਂ ਹੀ ਬਈ, ਹੁਣ ਮਾੜੀ ਜਿਹੀ ਬਾਰਿਸ਼ ਹੋ ਜਾਂਦੀ ਹੈ ਤਾਂ ਇੱਥੋਂ ਲੰਘਣ ਨੂੰ ਥਾਂ ਨਹੀਂ ਵੱਜਦਾ ਗਾ, ਕੱਪੜੇ ਲਿਬੜਦੇ ਗੁਰਦੁਆਰਾ ਸਾਹਿਬ ਆਉਂਦੇ ਨੂੰ। ਬਾਕੀ ਆਈ ਟੀ ਆਈ ਹੈਗੀ ਹੈ ਕੋਲ, ਇੱਥੇ ਆਈ ਟੀ ਆਈ 'ਚ ਬੱਚੇ ਹੁੰਦੇ ਪੜ੍ਹਨ, ਉਹ ਵੀ ਡੇਲੀ ਆਹੀ ਹਾਲ ਹੈ ਬਸ ਉਹਨਾਂ ਦਾ ਵੀ, ਲਿਬੜ ਕੇ ਜਾਂਦੇ ਘਰ ਨੂੰ। ਬਾਕੀ ਇੱਥੇ ਆਉਂਦੇ ਗੁਰਦੁਆਰਾ ਸਾਹਿਬ ਮੋਟਰਸਾਈਕਲ ਤਾਂ ਵੀ ਟੱਪਦਾ ਗਾ, ਪਹਿਲਾਂ ਚਾਹੀਦਾ ਸੀ ਪ੍ਰਸ਼ਾਸਨ ਨੂੰ ਇਹ ਕੰਮ ਕਰਨਾ ਕਿ ਪਤਾ ਹੀ ਸੀ ਵੀ ਹੁਣ ਮੇਲਾ ਆ ਰਿਹਾ, ਜਦੋਂ ਖਾਸ ਕਰ ਪਹਿਲਾਂ ਨਹੀਂ ਬਣੀ ਤਾਂ ਨਾ ਸੀ, ਹੁਣ ਮੇਲਾ ਸੀ ਇਹ ਤਾਂ ਬਣਾ ਸਕਦੇ ਸੀ।
ਬਹੁਤ ਵੱਡੀ ਅਣਗਹਿਲੀ ਹੈ ਪ੍ਰਸ਼ਾਸਨ ਦੀ ਜੀ। ਤੁਸੀਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆਏ ਹੋ, ਸੜਕ ਖਰਾਬ ਹੋਣ ਕਾਰਨ ਤੁਹਾਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਦੇਖੋ ਜੀ, ਇੱਥੇ ਕਰੀਬ 2-2.5 ਸਾਲ ਹੋ ਗਏ ਸੜਕ ਪੱਟੀ ਨੂੰ ਜੀ, ਅਤੇ ਬਹੁਤ ਵਾਰੇ ਪ੍ਰਸ਼ਾਸਨ ਨੂੰ ਅਤੇ ਕਿਹਾ ਗਿਆ ਜੀ ਵੀ ਸੜਕ ਬਣਾਉਣ ਵਾਸਤੇ, ਪਰ ਅੱਜ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ। ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਅਣਗਹਿਲੀ ਹੈ ਜੀ, ਅਤੇ ਸਾਡੀ ਸਮੂਹ ਸੰਗਤਾਂ ਦੀ ਪੁਰਜ਼ੋਰ ਮੰਗ ਆ ਵੀ ਇਹ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ। ਜੈਤੋ ਤੋਂ ਨਿਰਭਉਪ੍ਰੀਤ ਸਿੰਘ ਨਾਲ ਹਰੀਪਾਲ ਵਿੱਕੀ ਦੀ ਰਿਪੋਰਟ, ਸੱਚ ਦਾ ਸੁਨੇਹਾ।